जिहड़े मेरे भैण भरावां ने पट्टी हलके की संगत ने वोटां पा के विधानसभा च भेजा साडा फर्ज बनता उन्हां दा धन्नवाद करिए। तो मैं कल तो ही पूरे पट्टी हल्के दे हरेक पिंड दे विच जाके भावें 8 दिन लगन 10 दिन लगन हरेक भैण भरा दा धन्नवाद करूँगा जिन्हें सानू वोटां पाईआं। तो लोग भी बड़े खुश हो रहे, कह रहे भी ये पहली बार आया कोई MLA मंत्री वोटां लैके जितने तो बाद दोबारा हल्के जाके धन्नवाद करना है, पर साडा फर्ज बनता जिन्हें सानू वोट दित्ती आ उहदा धन्नवाद करिए। तो लोगों का सीना जिहड़ा उह ठंडा हो जाता भी वाकई साडी कदर हुई, असी वोट की सपोर्ट की है, साडा धन्नवाद किया। कल्ला धन्नवाद नहीं, लोगों के काम भी करांगे, लोग मानना कहणगे कि चंगी सरकार चुनी आ, चंगे लोग आए आ, करप्शन हेरा फेरी सारा कुछ बंद हो गया। एक जिहड़ा महुआणे तो सर्टिफिकेट नवे लसेंस बनाउणा सी मिलदा सीगा, बठिंडा RTO दफ्तर तो एक लैटर जारी होया सीगा कि दोबारा जे किसी ने रीन्यू करवाउणा लसेंस ਉਹਨੂੰ ਉਹ ਸਰਟੀਫਿਕੇਟ ਦੀ ਲੋੜ ਨਹੀਂ ਪੈਂਦੀ, ਹੁਣ ਉਹ ਫਿਰ ਦੁਬਾਰਾ RTO ਦਫ਼ਤਰ ਵਾਲੇ ਜਿਹੜੇ ਉਹ ਸਰਟੀਫਿਕੇਟ ਦੀ ਮੰਗ ਕਰਦੇ। ਬੜੀਆਂ ਤਰੁੱਟੀਆਂ ਨੇ ਕਿਉਂਕਿ ਲੰਮਾ ਸਮਾਂ ਸਰਕਾਰਾਂ ਰਹੀਆਂ ਰਵਾਇਤੀ ਪਾਰਟੀਆਂ ਦੇ, ਤਾਂ ਉਹਨਾਂ ਆਪਦੀ ਮਰਜ਼ੀ ਮੁਤਾਬਕ ਹੀ ਸਾਰੇ ਕਾਨੂੰਨ ਬਣਾਏ ਆ। ਜਿੱਥੇ ਜਿੱਥੇ ਵੀ ਗਲਤੀ ਹੋਵੇਗੀ ਉਹਨੂੰ ਸੁਧਾਰਾਂਗੇ, ਸਾਰਾ ਸਿਸਟਮ ਸਹੀ ਕਰਕੇ ਆ। ਕੁਝ ਮਹੀਨੇ ਹੀ ਆ ਬਸ, ਕੁਝ ਮਹੀਨਿਆਂ ਦੇ ਵਿੱਚ ਸਾਰੇ ਮਹਿਕਮੇ ਨੂੰ ਸੁਧਾਰ ਕਰਕੇ ਤੁਹਾਨੂੰ ਆਪੇ ਵੇਖਣ ਨੂੰ ਮਿਲ ਜੂ, ਜਦੋਂ ਰੈਵੀਨਿਊ ਵੱਧ ਗਿਆ, ਜਦੋਂ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਗਈ। ਸਾਰੇ RTO ਜਿਹਨੂੰ ਕਹਿਤਾ ਵੀ ਪਹਿਲ ਦੇ ਆਧਾਰ 'ਤੇ ਲੋਕਾਂ ਦੇ ਕੰਮ ਕਰੋ, ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਆ, ਜਿਹੜੇ ਲੋਕ ਟੈਕਸ ਦਾ ਪੈਸਾ ਦਿੰਦੇ ਆ, ਟੈਕਸ ਤਾਰਦੇ ਆ, ਅਤੇ ਤੁਹਾਨੂੰ ਅਫਸਰਾਂ ਨੂੰ ਤਨਖਾਹਾਂ ਮਿਲਦੀਆਂ, ਉਹਨਾਂ ਦੀ ਸੁਣਵਾਈ ਹੋਵੇ। ਜਿੱਥੇ ਵੀ ਤਰੁੱਟੀਆਂ ਹੋਣਗੀਆਂ ਦੂਰ ਕਰਾਂਗੇ, ਛੇਤੀ ਸਾਰਾ ਸਿਸਟਮ ਸਹੀ ਕਰਦਾ। ਇੱਕ ਨਿੱਕਾ ਜਿਹਾ ਸਵਾਲ ਇੱਕ ਹੋਰ ਹੈ ਜੀ, ਜਿਹੜਾ ਬਲੈਕਲਿਸਟ ਰੋਪਨ ਬੱਸ ਦੇ ਹੈਗੇ ਡਰਾਈਵਰ, ਉਹਨਾਂ ਦਾ ਉਦੋਂ ਧਰਨਾ ਲਾਇਆ ਸੀਗਾ, ਕੀ ਉਹਨਾਂ ਬਾਰੇ? ਵੇਖੋ, ਕਿਸੇ ਕੋਲੋਂ ਬੱਸ 'ਚ ਟਿਕਟਾਂ ਦੀ ਚੋਰੀ ਕੀਤੀ, ਕਿਸੇ ਨੇ ਡੀਜ਼ਲ ਚੋਰੀ ਕੀਤਾ, ਬਾਕੀ ਫਿਰ ਵੀ ਉਹ ਸਾਡੇ ਭਰਾ ਨੇ। ਜੇ ਕਿਸੇ ਤੋਂ ਗਲਤੀ ਹੋਈ ਆ, ਸਾਨੂੰ ਇਗਨੋਰ ਕਰਨਾ ਚਾਹੀਦਾ, ਸਰਕਾਰ ਨਾਲ ਗੱਲ ਕਰਕੇ ਉਹਨਾਂ ਨੂੰ ਵੀ ਬਹਾਲ ਕਰਨ ਦਾ ਜਿਹੜਾ ਜਲਦੀ ਯਤਨ ਕਰਾਂਗੇ। अब उपलब्ध है 1100 प्लस डिजिटल केबल नेटवर्क पर, एन एंड्रॉइड बेस्ड DTH स्मार्ट सेटअप बॉक्स, सभी OTT प्लेटफॉर्म, 24 घंटे लाइव देखे हमारे सोशल मीडिया पेजेस पर।